ਜਲੰਧਰ ਦੇ ਥਾਣਾ ਮਕਸੂਦਾ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਨੂੰ ਪੰਜਾਬ ਸਰਕਾਰ ਹਲਕੇ ਵਿੱਚ ਨਹੀਂ ਲੈ ਰਹੀ, ਜਿੱਥੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਵੱਡੇ ਤੋਂ ਵੱਡੇ ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਬਾਰੀਕੀ ਦੇ ਨਾਲ ਜਾਂਚ ਕਰ ਰਹੇ ਨੇ। ਉੱਥੇ ਚੰਡੀਗੜ੍ਹ ਤੋਂ ਫੋਰੈਂਸਿਕ ਸਾਇੰਸ ਲੈਬੋਰਟਰੀ ਟੀਮ ਨੇ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਇਹਨਾਂ ਸਾਰੇ ਅਧਿਕਾਰੀਆਂ ਨੇ ਕਿਸੇ ਵੀ ਕਿਸਮ ਦਾ ਕੋਈ ਖੁਲਾਸਾ ਨਹੀਂ ਕੀਤਾ, ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਕਿ ਇਸ ਜਾਂਚ ਨੂੰ ਸਹਿਯੋਗ ਦੇਣ ਦੇ ਲਈ ਦਿੱਲੀ ਤੋਂ ਨੈਸ਼ਨਲ ਸਿਕਿਉਰਿਟੀ ਗਾਰਡ ਦੀ ਟੀਮ ਨੂੰ ਵੀ ਸੱਦਾ ਦਿੱਤਾ ਗਿਆ ਤਾਂ ਕਿ ਇਸ ਜਾਂਚ ਵਿੱਚ ਕੋਈ ਵੀ ਊਣਤਾਈ ਨਾ ਰਹਿ ਜਾਵੇ। ਉਧਰ ਇਸ ਪੂਰੇ ਮਾਮਲੇ ਬਾਰੇ ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਦਾ ਕੀ ਕਹਿਣਾ, ਤੁਸੀਂ ਵੀ ਸੁਣੋ। ਸਰ, ਅਭੀ ਜੋ ਜਾਂਚ ਕੀ ਗਈ ਹੈ, FSL ਕੀ ਟੀਮ ਨੇ ਬਤਾਇਆ ਹੈ ਕਿ NSG ਆ ਰਹੀ, ਐਸਾ ਕੁਛ ਹੈ? ਜੀ, ਪੰਜਾਬ FSL, NSG ਔਰ ਚੰਡੀਗੜ੍ਹ ਸੇ ਸਪੈਸ਼ਲਿਸਟ ਟੀਮ, ਸਾਰੋ ਨੇ ਇਕੱਠੇ ਸ਼ਾਮ ਕੋ ਜਾਂਚ ਕਰਨਾ ਹੈ ਸੀਨ ਆਫ ਕ੍ਰਾਈਮ ਕਾ। ਕਬ ਤੱਕ ਆ ਜਾਏਂਗੇ ਸਰ? ਵੋ ਦਿੱਲੀ ਸੇ ਸੁਬਹ ਚਲੇ ਹੈ 9:30 ਵਜੇ, ਤੋ ਮੇਰੇ ਖਿਆਲ ਸੇ 5 ਵਜੇ ਤੱਕ ਪਹੁੰਚੇਗੀ ਜੀ। ਤੋ ਸਰ, ਇੱਕ ਔਰ ਜਾਣਕਾਰੀ ਪਤਾ ਚਲ ਸਕਦੀ ਕਿ ਅੰਦਰ CCTV ਕੈਮਰਾ ਲਗਾ ਹੋਇਆ ਹੈ ਜਾਂ ਨਹੀਂ, ਉਹ ਚੱਲ ਰਹੇ ਥੇ? ਵੋ ਅਭੀ ਦੇਖਾ ਜਾ ਰਹਾ ਹੈ, ਉਸਮੇ ਕੁਛ ਰਿਕਾਰਡਿੰਗ ਮੇ ਪ੍ਰੋਬਲਮਸ ਹੈ, ਸੋ ਵੋ ਹਮ ਦੇਖ ਰਹੇ ਹੈ ਕਿ ਉਸਮੇ ਕੁਛ ਰਿਕਵਰੀ ਹੋ ਸਕਦੀ ਹੈ ਕਿ ਨਹੀਂ। ਦੱਸ ਦਈਏ ਕਿ ਥਾਣੇ ਵਿੱਚ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਦੇ DGP ਸੁਰੇਸ਼ ਅਰੋੜਾ ਵੀ ਘਟਨਾ ਸਥਾਨ ਤੇ ਪਹੁੰਚ ਗਏ ਸਨ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਲੰਧਰ ਦੇ IG ਨੌਨਿਹਾਲ ਸਿੰਘ, ਜਲੰਧਰ ਪੁਲਿਸ ਦੇ ਕਮਿਸ਼ਨਰ ਪ੍ਰਵੀਨ ਸਿਨਹਾ, SP ਹੈੱਡਕੁਆਰਟਰ ਗੁਰਮੀਤ ਸਿੰਘ ਤੋਂ ਇਲਾਵਾ ਫੌਜ ਦੇ ਕੁਝ ਅਧਿਕਾਰੀਆਂ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਨਾ ਸਿਰਫ ਮੌਕੇ ਦੇ ਹਾਲਾਤ ਜਾਣੇ ਬਲਕਿ ਕੀਤੀ ਜਾ ਰਹੀ ਜਾਂਚ ਦੀ ਸਮੀਖਿਆ ਵੀ ਕੀਤੀ। DGP ਨੇ ਇਸ ਘਟਨਾ ਵਿੱਚ ਜਿੱਥੇ ਅੱਤਵਾਦੀ ਹਮਲੇ ਤੋਂ ਇਨਕਾਰ ਨਹੀਂ ਕੀਤਾ, ਉੱਥੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਸਿਰਫ ਇੰਨਾ ਦੱਸਿਆ ਕਿ ਇਸ ਵੇਲੇ ਜਾਂਚ ਬੜੇ ਨਾਜ਼ੁਕ ਦੌਰ 'ਚ ਲੰਘ ਰਹੀ ਹੈ ਅਤੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।